ਸਤਿ ਸ਼੍ਰੀ ਅਕਾਲ ਜੀ ਦੋਸਤੋ, ਅੱਜ ਇੱਕ ਬਹੁਤ ਅਹਿਮ ਮੁੱਦਾ ਹੈ ਜਿਸ ਦੇ ਉੱਤੇ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ ਹੈ। ਮੈਂ ਇਸ ਵਕਤ ਖੜਾ ਜੀ ਫਰੀਦਕੋਟ ਦੀਆਂ ਜੌੜੀਆਂ ਨਹਿਰਾਂ, ਔਰ ਇਹਨਾਂ ਨਹਿਰਾਂ ਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਸ ਇਲਾਕੇ ਦੇ ਵਿੱਚ ਬਿਲਕੁਲ ਪਾਣੀ ਖਤਮ ਹੋ ਚੁੱਕਿਆ ਪੀਣ ਵਾਲਾ। 15-15, 20-20 ਕਿਲੋਮੀਟਰ ਤੋਂ ਲੋਕ ਜਿਹੜੇ ਆ ਉਹ ਪਾਣੀ ਲੈਣ ਵਾਸਤੇ ਆ ਰਹੇ ਨੇ। ਮੈਂ ਤੁਹਾਨੂੰ ਦਿਖਾਊਂਗਾ, ਇਹ ਮੁੰਡਾ ਦੇਖੋ ਦੋ ਕੈਨੀਆਂ ਜਿਹੜੀਆਂ ਉਹ ਭਰ ਕੇ ਲੈ ਕੇ ਜਾ ਰਿਹਾ ਹੈ। ਇਸ ਤੋਂ ਅੱਗੇ ਫਿਰ ਉਹ ਕੈਨੀਆਂ ਪਈਆਂ, ਇੱਧਰੋਂ ਮੇਰਾ ਵੀਰ ਇਹ ਵੀ ਪਾਣੀ ਲੈਣ ਵਾਸਤੇ ਆ ਰਹੇ ਨੇ। ਔਰ ਆਹ ਦੇਖੋ, ਇਹ ਵੀ ਦਿਖਾਇਓ ਇੱਕ ਮਿੰਟ, ਇਹ ਦੇਖੋ ਆਟੋ ਦੇ ਵਿੱਚ ਇਹ ਵੀ ਪਾਣੀ ਲੈ ਕੇ ਜਾ ਰਹੇ ਨੇ। ਔਰ ਇੱਥੇ ਲੋਕਾਂ ਨੇ ਬਿਜ਼ਨਸ ਸ਼ੁਰੂ ਕੀਤਾ ਹੈ ਕਿ ਇੱਕ ਮੋਟਰਸਾਈਕਲ ਦੇ ਪਿੱਛੇ ਰੇਹੜਾ ਬਣਾਇਆ ਹੋਇਆ, ਔਰ ਉਹਦੇ 'ਤੇ 1000-1000 ਲੀਟਰ ਦੀਆਂ ਜਿਹੜੀਆਂ ਉਹ ਟੈਂਕੀਆਂ ਰੱਖੀਆਂ, ਔਰ ਪਿੰਡਾਂ ਦੇ ਵਿੱਚੋਂ ਉਹ ਟੈਂਕੀ ਭਰ ਕੇ ਔਰ ਉਸ ਤੋਂ ਬਾਅਦ ਪਿੰਡ ਦੇ ਵਿੱਚ ਜਾ ਕੇ ਉਹ ਪਾਣੀ ਜਿਹੜਾ ਹੈਗਾ ਲੋਕਾਂ ਦੇ ਘਰਾਂ ਵਿੱਚ ਦਿੰਦੇ ਨੇ। ਇੱਕ ਰੁਜ਼ਗਾਰ ਤਾਂ ਉਹਨਾਂ ਦਾ ਬਣ ਗਿਆ, ਲੇਕਿਨ ਕਿੰਨੇ ਅਫਸੋਸ ਦੀ ਗੱਲ ਹੈ ਕਿ ਐਗਰੀਕਲਚਰ ਮੁਲਕ ਹੋਵੇ ਹਿੰਦੁਸਤਾਨ, ਜਿਹਨੂੰ ਪੰਜਾਬ ਕਹਿੰਦੇ ਆ, ਪੰਜਾਂ ਦਰਿਆਵਾਂ ਦੀ ਧਰਤੀ ਜਿਹੜੀ ਹੈ, ਉਸ ਧਰਤੀ ਦੇ ਵਿੱਚ ਪੀਣ ਵਾਲਾ ਪਾਣੀ ਹੀ ਖਤਮ ਹੋ ਗਿਆ, ਔਰ ਉਹਦਾ ਜ਼ਿੰਮੇਵਾਰ ਕੌਣ ਹੈ? ਮੈਂ ਸਮਝਦਾ ਕਿ ਬਹੁਤ ਜ਼ਿਆਦਾ ਜ਼ਿੰਮੇਵਾਰ ਸਰਕਾਰਾਂ ਵੀ ਹੈ, ਲੇਕਿਨ ਉੱਥੇ ਸਾਡੇ ਲੋਕ ਵੀ ਜਿਹੜੇ ਹੈਗੇ ਨੇ ਉਹਦੇ ਜ਼ਿੰਮੇਵਾਰ ਹੈ। ਕਿਉਂਕਿ ਅਸੀਂ ਜਿੱਥੇ ਮਾਰੂ ਸਾਡੀ ਧਰਤੀ ਸੀਗੀ, ਜਿੱਥੇ ਨਰਮਾ ਬੀਜਿਆ ਜਾਂਦਾ ਸੀਗਾ, ਉਸ ਜਗ੍ਹਾ 'ਤੇ ਅਸੀਂ ਪਿਛਲੇ 20-25 ਸਾਲ ਤੋਂ, ਸ਼ਾਇਦ ਇਸ ਤੋਂ ਵੀ ਜ਼ਿਆਦਾ, ਜਿਹੜਾ ਅਸੀਂ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ। ਔਰ ਅਸੀਂ ਇੰਨਾ ਕੁ ਜ਼ਿਆਦਾ ਝੋਨਾ ਲਾਇਆ ਹਰ ਖੇਤ ਦੇ ਵਿੱਚ, ਜਿਹਦੇ ਕਿੱਲਾ ਉਹਦੇ ਵੀ ਇੱਕ ਮੋਟਰ ਲਾਈ ਦੀ ਹੈ, ਜਿਹਦੇ 4-5 ਕਿੱਲੇ ਉਹਨਾਂ ਦੇ 2-2 ਮੋਟਰਾਂ ਲਾਈਆਂ। ਸੋ ਧਰਤੀ ਦਾ ਸਾਰਾ ਪਾਣੀ ਜਿਹੜਾ ਉਹ ਅਸੀਂ ਜਿਹੜਾ ਕੱਢ ਲਿਆ, ਔਰ ਇੰਨਾ ਕੁ ਜ਼ਿਆਦਾ ਮਤਲਬ ਜਿਹੜਾ ਥੱਲੇ ਵਾਲਾ ਪਾਣੀ ਰਹਿ ਗਿਆ ਜਿਹੜਾ ਪੀਣ ਦੇ ਯੋਗ ਹੀ ਨਹੀਂ ਹੈ। ਸੋ ਮੈਂ ਤੁਹਾਨੂੰ ਇਹ ਚੀਜ਼ ਦਿਖਾਉਣੀ ਚਾਹੁੰਦਾ ਸੀਗਾ ਕਿ ਇੱਥੇ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇਖ ਸਕਦੇ ਹੈ, ਪੂਰਾ ਮੇਲਾ ਲੱਗਿਆ ਰਹਿੰਦਾ, ਲੋਕ ਜਿਹੜੇ ਹੈ ਉਹ ਪਾਣੀ ਭਰ ਕੇ ਲੈ ਕੇ ਜਾਂਦੇ। ਦੇਖੋ ਭੈਣ ਜੀ ਹੁਣੀ ਆਏ ਆ, ਇਹ ਵੀ ਪਾਣੀ ਭਰ ਕੇ ਲੈ ਕੇ ਜਾ ਰਹੇ ਆ। ਔਰ ਇੱਥੇ ਜਿੰਨੇ ਵੀ ਲੋਕ ਡਿਊਟੀਆਂ ਕਰਦੇ ਨੇ, ਚਾਹੇ ਉਹ DC ਆਫਿਸ ਵਿੱਚ ਲੱਗੇ ਨੇ, ਚਾਹੇ SSB ਆਫਿਸ 'ਚ ਲੱਗੇ ਨੇ, ਚਾਹੇ ਕਿਸੇ ਹੋਰ ਜਗ੍ਹਾ 'ਤੇ ਕਾਰੋਬਾਰ ਕਰਦੇ ਨੇ, ਸਾਰੇ ਲੋਕਾਂ ਦੇ ਮੋਟਰਸਾਈਕਲ ਮਗਰ, ਕਾਰਾਂ ਦੇ ਮਗਰ, ਸਾਈਕਲਾਂ ਦੇ ਮਗਰ ਕੈਨੀਆਂ ਜਿਹੜੀਆਂ ਪਾਣੀ ਹੈਗੀਆਂ ਟੰਗੀਆਂ ਵੀ ਹੈ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਨਹੀਂ ਹੈ ਕਿ 1-2 ਸਾਲ ਤੋਂ ਬਾਅਦ ਇਹ ਜਿਹੜੇ ਨਲਕੇ ਹੈ ਸ਼ਾਇਦ ਇਹ ਵੀ ਬੰਦ ਹੋ ਜਾਣ, ਕਿਉਂਕਿ ਵੈਸੇ ਜਿਹੜੇ ਨਲਕਿਆਂ ਦਾ ਪਾਣੀ ਹੈ ਇਹ ਵੀ, ਮੇਰੀ ਗੱਲ ਹੋਈ ਸੀਗੀ ਵਾਟਰ ਸਪਲਾਈ ਵਾਲੇ ਇੱਕ ਇੰਸਪੈਕਟਰ ਸਾਹਿਬ ਉਹਨਾਂ ਦੇ ਨਾਲ, ਉਹਨਾਂ ਨੇ ਕਿਹਾ ਸੀ ਕਿ ਇਹ ਵੀ ਪਾਣੀ ਜਿਹੜਾ ਪੀਣ ਦੇ ਯੋਗ ਨਹੀਂ ਹੈ। ਲੇਕਿਨ ਲੋਕ ਜਾਣ ਕਿੱਥੇ, ਅਕਸਰ ਲੋਕ ਪਾਣੀ ਕਿਹੜਾ ਪੀਣ, ਜਿਹੜਾ ਨਹਿਰ ਦਾ ਪਾਣੀ ਡਾਇਰੈਕਟ ਜੇ ਤੁਸੀਂ ਪੀਂਦੇ ਹੈ ਤਾਂ ਉਹ ਵੀ ਬਹੁਤ ਗੰਦਗੀ ਹੈ। ਨਹਿਰ ਦੇ ਪਾਣੀ ਦੇ ਵਿੱਚ ਲੋਕ ਜੋ ਦਿਲ ਕਰਦਾ ਉਹੀ ਉਹ ਲੋਕੀ ਉਹ 'ਚ ਸਿੱਟੀ ਜਾਂਦੇ ਹੈ, ਔਰ ਉਹ ਪਾਣੀ ਵੀ ਪੀਣ ਵਾਲਾ ਨਹੀਂ, ਉਹ ਵੀ ਪਾਣੀ ਗੰਦਲਾ ਹੋ ਗਿਆ। ਜਦ ਤੱਕ ਉਹਨੂੰ ਤੁਸੀਂ ਪਿਓਰੀਫਾਈ ਨਹੀਂ ਕਰਦੇ ਉਹ ਪਾਣੀ ਵੀ ਨਹੀਂ ਪੀਤਾ ਜਾ ਸਕਦਾ। ਇੱਕ ਨਲਕੇ ਦਾ ਪਾਣੀ ਸੀ ਜਿਹੜਾ ਤੁਸੀਂ ਪੀ ਸਕਦੇ ਸੀਗੇ, ਲੇਕਿਨ ਇਹਨਾਂ ਦਾ ਲੈਵਲ ਵੀ ਜਿਹੜਾ ਉਹ ਇੰਨਾ ਜ਼ਿਆਦਾ ਖਰਾਬ ਹੋ ਚੁੱਕਿਆ, ਇਹ ਪਾਣੀ ਵੀ ਪੀਣ ਦੇ ਸ਼ਾਇਦ ਕਾਬਲ ਨਹੀਂ। ਲੇਕਿਨ ਲੋਕਾਂ ਦੀ ਮਜਬੂਰੀ ਹੈ ਕਿ ਲੋਕ ਪੀਣ ਤਾਂ ਕੀ ਪੀਣ, ਪਾਣੀ ਕਿੱਥੋਂ ਪੀਣ? ਨਲਕੇ ਬਹੁਤ ਹੀ ਸਾਲਾਂ ਦੇ ਨਲਕੇ ਖਤਮ ਹੋ ਚੁੱਕੇ ਹੈ, ਔਰ ਥੱਲੇ ਵਾਲਾ ਜਿਹੜਾ ਪਾਣੀ ਹੈ ਉਹਦਾ ਲੈਵਲ ਇੰਨਾ ਜ਼ਿਆਦਾ ਗਿਰ ਚੁੱਕਿਆ ਕਿ ਉਹ ਪਾਣੀ ਵੀ ਜਿਹੜਾ ਪੀਣ ਦੇ ਯੋਗ ਨਹੀਂ ਹੈ। ਅਤੇ ਮੈਂ ਅੱਗੇ ਤੁਹਾਨੂੰ ਹੋਰ ਥੋੜ੍ਹਾ ਜਿਹਾ ਦਿਖਾਉਣਾ, ਅੱਗੇ ਵੀ ਜਿਹੜਾ ਮਤਲਬ ਬਹੁਤ ਵੱਡੀਆਂ ਟੈਂਕੀਆਂ ਜਿਹੜੀਆਂ ਲੋਕੀਆਂ ਪਾਣੀ ਦੀ ਭਰ ਕੇ ਜਿਹੜੇ ਪਿੰਡਾਂ 'ਚ ਸਪਲਾਈ ਕਰਦੇ, ਅੱਜ ਉਹ ਵੀ ਦਿਖਾਉਣਾ। ਆ ਜਿਹੜੀ ਨਹਿਰ ਤੁਸੀਂ ਦੇਖ ਰਹੇ ਹੋ, ਇਸ ਨਹਿਰ ਦਾ ਵੀ ਪਾਣੀ ਇੰਨਾ ਕੁ ਜ਼ਿਆਦਾ ਗੰਦਾ, ਇੰਨਾ ਕੁ ਜ਼ਿਆਦਾ ਮੈਲਾ ਪਾਣੀ ਹੈ ਕਿ ਤੁਸੀਂ ਅਗਰ ਚੂਲੀ ਭਰੋਗੇ ਤਾਂ ਤੁਹਾਨੂੰ ਇੰਝ ਲੱਗੂਗਾ ਕਿ ਇਹਦੇ ਵਿੱਚ ਗੱਬ ਗਾਰ ਜਿਹਨੂੰ ਕਹਿ ਦਿੰਦੇ ਹੈ। ਬਹੁਤ ਜ਼ਿਆਦਾ ਮੰਦਾ ਹਾਲ ਹੈ ਇਸ ਨਹਿਰ ਦਾ ਵੀ, ਔਰ ਸਾਰੇ ਲੋਕਾਂ ਨੇ ਇਹਦਾ ਹੀ ਪਾਣੀ ਪੀਣਾ। ਅਤੇ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਤੁਹਾਨੂੰ ਦਿਖਾਉਣਾ, ਦੇਖੋ ਇਸ ਸਾਈਡ ਦੇ ਉੱਤੇ ਸਾਡੇ ਵੀਰ ਜਿਹੜੇ ਆ ਉਹ ਪਾਣੀ ਭਰ ਰਹੇ ਨੇ ਨਲਕੇ ਦੇ ਉੱਤੋਂ। ਇੱਕ ਮਿੰਟ ਆਓ ਜੀ, ਦਿਖਾ ਦਿਓ ਮੈਨੂੰ। ਇਹ 1000-1000 ਲੀਟਰ ਦੀਆਂ, 2-2 ਹਜ਼ਾਰ ਲੀਟਰ ਦੀਆਂ ਜਿਹੜੀਆਂ ਟੈਂਕੀਆਂ ਜਿਹੜੀਆਂ ਉਹ ਇੱਥੇ ਲੱਗੀਆਂ। ਔਰ ਦੇਖੋ ਪਾਣੀ ਬਹੁਤ ਮਿਹਨਤ ਕਰਨੀ ਪੈਂਦੀ ਹੈ, ਗੇੜਨਾ ਪੈਂਦਾ ਪਾਣੀ, ਇਹ ਪਾਣੀ ਭਰ ਕੇ। ਇਹ ਪਾਣੀ ਤੁਸੀਂ ਕਿੱਥੇ ਲੈ ਕੇ ਜਾ ਰਹੇ ਹੋ ਜੀ? ਪਿੰਡਾਂ ਨੂੰ ਜੀ। ਅੱਛਾ, ਪਿੰਡਾਂ ਦੇ ਵਿੱਚ ਪਾਣੀ ਫਿਰ ਤੁਸੀਂ ਜਿਹੜਾ ਮਤਲਬ ਘਰਾਂ ਦੇ ਵਿੱਚ ਪਾਣੀ ਦਿੰਦੇ ਹੋ, ਅਤੇ ਪਿੰਡਾਂ ਦੇ ਵਿੱਚ ਪਾਣੀ ਹੈ ਨਹੀਂ ਗਾ, ਮਾੜਾ ਹੋ ਗਿਆ ਪੀਣ ਵਾਲਾ ਪਾਣੀ ਨਹੀਂ? ਕਿੰਨੇ ਚਿਰ ਤੋਂ ਤੁਸੀਂ ਕਰ ਰਹੇ ਹੋ ਸੇਵਾ? ਇਹ ਹੋ ਗਏ 4 ਸਾਲ ਹੋ ਗਏ। 4 ਸਾਲ ਤੋਂ ਤੁਸੀਂ ਕਰ ਰਹੇ ਹੋ? ਤੁਸੀਂ ਬਾਈ ਜੀ 4 ਸਾਲ ਹੀ ਹੋ ਗਏ। ਤੁਸੀਂ ਇਸ ਵਾਰੀ? ਅੱਛਾ, ਤੁਸੀਂ ਹੁਣੇ ਆਏ ਹੋ, ਤੁਸੀਂ ਵੀਰੇ? ਓਕੇ ਓਕੇ। ਸੋ ਇਹ ਮੁੰਡੇ ਦੱਸ ਰਹੇ ਨੇ ਜੀ ਕਿ ਪੂਰੇ 4-5 ਸਾਲ ਤੋਂ ਜਿਹੜਾ ਇਹ ਪਾਣੀ ਇੱਥੋਂ ਭਰਦੇ ਆ, ਔਰ ਘਰਾਂ ਦੇ ਵਿੱਚ ਪਾਣੀ ਜਿਹੜਾ ਨਲਕਿਆਂ ਦਾ ਪਾਣੀ ਵੀ ਖਤਮ ਹੋ ਗਿਆ, ਸ਼ਹਿਰ ਦੇ ਵਿੱਚ ਜਿਹੜੇ ਹੋਰ ਪਾਣੀ ਉਹ ਵੀ ਸਾਰੇ ਖਤਮ ਹੋ ਗਏ, ਸਿਰਫ ਆਹੀ ਇੱਕ ਨਹਿਰ ਦਾ ਪਾਣੀ ਹੈ ਜਿਹੜਾ ਪਾਣੀ ਪੀਣ ਦੇ ਵਿੱਚ ਵੀ ਠੀਕ ਹੈ, ਜਿਹਨੂੰ ਥੋੜ੍ਹਾ ਜਿਹਾ ਠੀਕ ਕਿਹਾ ਜਾ ਸਕਦਾ। ਲੇਕਿਨ ਮੈਂ ਪਹਿਲਾਂ ਵੀ ਕਿਹਾ ਸੀ
कि सेहत विभाग वाले ने इस पानी भी ठीक वाजिब नहीं ठहराया। वह कहते यह पानी भी शायद पीने के काबिल नहीं है, लेकिन गल उत्थे आ जाती है कि फिर बंदा पीवे की। जे तुसी पीना नहीं तो इंसान पानी तो बिना तो बच नहीं सकता, पानी पीना पऊगा। और देखो जी इंसान दे पीने वाले पानी की आ हालात है, आने वाले समय के मैं ये दावे ना गल कह सकदा कि जिस तरह यह पानी साढ़े वीर पिंडां च घरां च जाके दे रहे ने, आने वाले समय के नहाने वास्ते भी जिन्ने जी होया करनगे उन्ने पांच पांच दस दस लीटर दीआं कैनियां बनणगीआं। नहाने वाला पानी भी सानू खरीदना पएगा, वध तो वध चार पांच सालां दी गल है, क्योंकि जिहड़ा थल्ले वाला पानी है अज सिर्फ पीना वास्ते मारा। आने वाले समय च जदों तुसी शैंपू लाओगे वह पानी तुहाडे सिर ते जम जूगा, इन्ना कि ज्यादा माड़ा पानी हो जाना है कि तुसी उस पानी नूं अपने शरीर ते भी नहीं पा सकते, पाओगे तो तुहाडे शरीर के उत्ते भी कोई ना कोई उहदा इफेक्ट हो सकता। तो बड़ा वक्त निकल चुका है, हाले भी आपां जिन्ना प्रशासन है उन्होंने इस पासे ध्यान देना चाहते हैं, जिन्ने सुहिरद लोग है उन्होंने भी आप इस गल के बारे दसना चाहते हैं कि पवन गुरु पानी पिता माता धरत महत्ता वाले जिहड़े शब्द असीं सुनते हैं उन्होंने असर भी किया जाए। लोग भी बहुत दुरवरतों करते हैं, लोग भी पानी की रज के बेइज्जती करते हैं, जिन्ना घर का कूड़ कबाड़ हुंदा सारा नहरां विच कस्सियां च सिड़दे हैं। अज तो सानू समझ लग जानी चाहिए है कि पवन साडा गुरु है, पानी पवन गुरु है, मतलब ये दोनों की सानू इज्जत करनी पैनी है, पाउण दी भी ते पानी दी भी। नहीं तो आने वाला समा जिहड़ा बहुत माड़ा है, साडा कम है साडा मकसद है कि लोगों तक गल पहुंचाइए, जिन्हां लोगों ने नहीं भी गल बहुत सारे हो सकता है जलंधर आले पासे हुशियारपुर आले पासे हले हले पानी थोड़ा ठीक है, हो सकता उन्होंने इस चीज़ का पता ना हो। और दुनिया के जिहड़े विदेशों लोग वसदे आ वीडियो उत्थे भी देखा जाऊगा, तो आप उही चाहते हैं कि उन्होंने लोगों को भी पता लगे वो आपके पिंडा का पिछे ख्याल कर, जिहड़े विदेशों भी साडे दोस्त बैठे है कि पानी का बहुत ज्यादा माड़ा हाल है, ये बारे सानू सोचना चाहिए, प्रशासन नूं सोचना चाहिए, लोगों नूं सोचना चाहिए, जिहड़ियां ऑर्गेनाइजेशन हैगियां जथेबंदियां उन्हां लोगों नूं भी सोचना चाहिए, यह बहुत जरूरी काम है, सारे काम छड्ड के सोचने वाली गल है। तुहाडा बहुत बहुत शुक्रिया, बहुत मेहरबानी, तो इस वीडियो नूं वध तों वध तुसीं शेयर करो, जिथों तक तुसीं पहुंचा सकते हो उत्थों तक पहुंचाओ, क्योंकि गल बहुत जरूरी है, गल बहुत काम की है, गल तुहाडे बच्चों की है, तुहाडे भविख की है, थोड़ी सेहत की है। थैंक यू वेरी मच।